ਸੁਣਿਓ ਇੱਕ ਮਿੰਟ ਲਈ, ਜਥੇਦਾਰਾਂ ਦਾ ਪਤਾ ਨਹੀਂ ਸਾਨੂੰ ਵੀ ਕਿੱਥੋਂ ਨਿਕਲਦੇ ਆ, ਲਿਫਾਫਿਆਂ ਚੋਂ ਨਿਕਲਣ ਦਾ ਪਤਾ ਨਹੀਂ, ਬੋਲੋ ਇਹਨਾਂ ਮਿੰਟ ਲੋਕਾਂ ਨੂੰ ਕਿਸੇ ਵੀ ਗੁਰੂਆਂ ਦੀ ਸਟੇਜ ਤੇ ਲਾਗਾ ਦਿੱਤਾ ਜਾਵੇ। ਇਹੀ ਸਾਰੇ ਸਮੁੱਚੇ ਇਟਲੀ ਦੀਆਂ ਸਿੰਘਾਂ ਔਰ ਜਥੇਬੰਦੀਆਂ ਨੂੰ ਬੇਨਤੀ ਹੈ, ਵਾਸ਼ਿੰਗਟਨ ਸਟੇਟ ਦੇ ਵਿੱਚ ਉਸਦਾ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ ਤੇ ਸਮੂਹ ਬਾਈਕਾਟ ਕੀਤਾ ਜਾਵੇਗਾ। ਵਿਵਾਦਿਤ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਯੂਕੇ ਦੀਆਂ ਸਿੱਖ ਸੰਸਥਾਵਾਂ ਵੱਲੋਂ ਪਹਿਲਾਂ ਹੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਬਾਈਕਾਟ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਇਹ ਆਵਾਜ਼ ਹੋਰਨਾਂ ਮੁਲਕਾਂ 'ਚੋਂ ਵੀ ਆਉਣ ਲੱਗੀ ਹੈ। ਇਟਲੀ 'ਚ ਸਰਗਰਮ ਸਿੱਖ ਜਥੇਬੰਦੀਆਂ, ਸਿੱਖ ਧਰਮ ਪ੍ਰਚਾਰ ਨੈਸ਼ਨਲ ਕਮੇਟੀ ਇਟਲੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਇਟਲੀ ਅਤੇ ਇੰਟਰਨੈਸ਼ਨਲ ਪੰਥਕ ਦਲ ਇਟਲੀ ਸਮੇਤ ਦਰਜਨਾਂ ਗੁਰਦੁਆਰਾ ਕਮੇਟੀਆਂ ਦੇ ਇਕੱਠ ਨੇ ਗੁਰਮਤਾ ਕਰਦਿਆਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਇਟਲੀ ਦੇ ਸਾਰੀਆਂ ਜਥੇਬੰਦੀਆਂ, ਧਰਮ ਪ੍ਰਚਾਰ ਨੈਸ਼ਨਲ ਕਮੇਟੀ, ਇੰਟਰਨੈਸ਼ਨਲ ਪੰਥਕ ਦਲ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਇਟਲੀ ਔਰ ਸਮੂਹ ਜੋ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦਾ ਇਹ ਫੈਸਲਾ ਹੈ ਜੋ ਅੱਜ ਦੇ ਨਿੰਦਕ ਲੋਕ ਰਣਜੀਤ ਸਿੰਘ ਢੱਡਰੀਆਂ ਵਾਲਾ ਔਰ ਉਹਦਾ ਸ਼ਗਿਰਦ ਚੇਲਾ ਯੂਕੇ ਤੋਂ ਰਵਿੰਦਰ ਸਿੰਘ ਨਵੈਰ ਖਾਲਸੇ ਵਾਲਾ ਜੋ ਯੂਕੇ ਦੀਆਂ ਜਥੇਬੰਦੀਆਂ ਨੇ ਉਸਦਾ ਬਾਈਕਾਟ ਕੀਤਾ ਹੈ ਉਹ ਸ਼ਲਾਘਾਯੋਗ ਹੈ ਔਰ ਸਾਰੇ ਹੀ ਪੰਥ ਵਾਸੀਆਂ ਨੂੰ ਬੇਨਤੀ ਹੈ, ਅਸੀਂ ਵੀ ਉਹਨਾਂ ਦੇ ਨਾਲ ਹਾਂ ਜੋ ਇਹਨਾਂ ਬੰਦਿਆਂ ਦਾ ਬਾਈਕਾਟ ਕੀਤਾ ਹੈ ਉੱਤੇ ਪਹਿਰਾ ਦਿਓ। ਤਾਂ ਸਾਹਿਬ ਜੀ ਨੇ ਫੈਸਲਾ ਲਿਆ ਹੈ, ਅਕਾਲ ਸਿੰਘ ਦਾ ਹੁਕਮ ਹੈ ਕਿ ਇਹਨਾਂ ਨਿੰਦਕ ਲੋਕਾਂ ਨੂੰ ਕਿਸੇ ਵੀ ਗੁਰਦੁਆਰਾ ਦੀ ਸਟੇਜ 'ਤੇ ਲਾਗਾ ਦਿੱਤਾ ਜਾਵੇ। ਇਹੀ ਸਾਰੇ ਸਮੁੱਚੇ ਇਟਲੀ ਦੀਆਂ ਸਿੰਘਾਂ ਔਰ ਜਥੇਬੰਦੀਆਂ ਨੂੰ ਬੇਨਤੀ ਹੈ। ਅਮਰੀਕਾ ਦੇ ਵਾਸ਼ਿੰਗਟਨ ਸਟੇਟ ਦੀਆਂ ਗੁਰੂ ਘਰ ਕਮੇਟੀਆਂ ਨੇ ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਾਈਕਾਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਢੱਡਰੀਆਂ ਵਾਲੇ ਨੇ ਪੰਥਕ ਮਰਿਆਦਾਵਾਂ ਨੂੰ ਢਹਿ ਢੇਰੀ ਕੀਤਾ ਅਤੇ ਜਦੋਂ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਮਾਫ਼ੀ ਨਹੀਂ ਮੰਗ ਲੈਂਦੇ ਉਦੋਂ ਤੱਕ ਉਹਨਾਂ ਦਾ ਬਾਈਕਾਟ ਜਾਰੀ ਰਹੇਗਾ। ਕਰਨ ਜਾ ਰਿਹਾ ਹੈ, ਕਾਫੀ ਦਿਨਾਂ ਤੋਂ ਵਿਵਾਦਿਤ ਗੱਲਾਂ ਕਰਦਾ ਹੈ ਤੇ ਉਸਦੇ ਬਾਰੇ ਸੰਗਤਾਂ ਦੇ ਨਾਲ ਵਿਚਾਰ ਕਮੇਟੀ ਨੇ ਕੀਤੇ ਆ। ਜਿੰਨਾ ਚਿਰ ਅਕਾਲ ਤਖ਼ਤ ਸਾਹਿਬ ਤੇ ਉਹ ਨਹੀਂ ਜਾਂਦਾ, ਆਪਣਾ ਪੱਖ ਨਹੀਂ ਰੱਖਦਾ ਜਾਂ ਜਿਹੜੀਆਂ ਵਿਵਾਦਿਤ ਗੱਲਾਂ ਕੀਤੀਆਂ ਹਨ ਉਸਦੀ ਮਾਫ਼ੀ ਉਹ ਨਹੀਂ ਮੰਗਦਾ, ਤਿਰੰਗਣ ਗੁਰੂ ਘਰ ਵੱਲੋਂ ਸਿਆਣਪ ਦੀਆਂ ਸੰਗਤਾਂ ਵੱਲੋਂ ਤੇ ਸਮੂਹ ਗੁਰਦੁਆਰਿਆਂ ਵੱਲੋਂ ਵਿਚਾਰ ਕੀਤਾ ਗਿਆ ਹੈ। ਵਾਸ਼ਿੰਗਟਨ ਸਟੇਟ ਦੇ ਵਿੱਚ ਉਸਦਾ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ ਤੇ ਸਮੂਹ ਬਾਈਕਾਟ ਕੀਤਾ ਜਾਵੇਗਾ। ਚਾਹੀਦਾ ਕਿ ਅਕਾਲ ਤਖ਼ਤ ਸਾਹਿਬ ਜਾ ਕੇ ਮਾਫ਼ੀ ਮੰਗੇ, ਜੋ ਇਹਨੇ ਗਲਤੀਆਂ ਕੀਤੀਆਂ ਤੇ ਸਿੱਖ ਪਾਤੇ ਨੂੰ ਮਾਫ਼ ਕਰੇਗਾ, ਅਗਰ ਨਹੀਂ ਜਾਏਗਾ ਤੇ ਇਹਦਾ ਬਾਈਕਾਟ ਕੀਤਾ ਜਾਵੇਗਾ ਤੇ ਕੀਤਾ ਰਹੇਗਾ। ਅਮਰੀਕਾ, ਯੂਕੇ ਤੇ ਇਟਲੀ ਤੋਂ ਬਾਅਦ ਫਰਾਂਸ ਦੀਆਂ ਕਈ ਸਿੱਖ ਜਥੇਬੰਦੀਆਂ ਨੇ ਵੀ ਢੱਡਰੀਆਂ ਵਾਲਿਆਂ ਨੂੰ ਬਹਿਰੂਪੀਆ ਗਰਦਾਨ ਦਿਆਂ ਉਸਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ ਭੱਦੀ ਸ਼ਬਦਾਵਲੀ ਵਰਤਣ ਖਿਲਾਫ ਢੱਡਰੀਆਂ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜਣ ਵਾਲੇ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਢੱਡਰੀਆਂ ਵਾਲੇ ਦੇ ਬਾਈਕਾਟ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਸ ਵੱਲੋਂ ਪਿਛਲੇ ਸਮੇਂ ਤੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗੁਰੂ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜ੍ਹੇ ਕਰਕੇ ਸੰਗਤ ਨੂੰ ਗੁੰਮਰਾਹ ਕੀਤਾ ਗਿਆ। ਉਹਨਾਂ ਸਰਕਾਰ ਨੂੰ ਵੀ ਢੱਡਰੀਆਂ ਵਾਲਿਆਂ ਵੱਲੋਂ ਭਾਈਚਾਰਕ ਸਾਂਝ ਨੂੰ ਖੇਰੂ ਖੇਰੂ ਕਰਨ ਪ੍ਰਤੀ ਖੇਡੀ ਜਾ ਰਹੀ ਖੇਡ ਪ੍ਰਤੀ ਸੁਚੇਤ ਕਰਦਿਆਂ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਬਾਈਕਾਟ ਬਾਰੇ ਅਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।